ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਬਹੁਤ ਹੀ ਮਹੱਤਵਪੂਰਨ ਟੌਪਿਕ, ਵਿਦਿਆਰਥੀ ਕਿਵੇਂ ਪਤਾ ਕਰਨ ਕਿ ਕੀ ਉਹਨਾਂ ਦੀ ਪ੍ਰੋਫਾਈਲ 'ਤੇ ਆਸਟ੍ਰੇਲੀਆ ਵੀਜ਼ਾ ਦਏਗਾ ਜਾਂ ਨਹੀਂ, GT ਕਲੀਅਰ ਹੋਏਗੀ ਜਾਂ ਨਹੀਂ, ਕਿਹੜੇ ਕਿਹੜੇ ਡਾਕੂਮੈਂਟਸ, ਕਿੰਨੇ ਫੰਡਸ। ਹੁਣ ਨੈਕਸਟ ਇਨਟੇਕਸ ਨੇ ਜਿਹੜੇ ਆਸਟ੍ਰੇਲੀਆ ਦੇ, ਜੁਲਾਈ ਇਨਟੇਕ ਹੈ, ਸੈਪਟੈਂਬਰ ਇਨਟੇਕ ਹੈ, ਔਰ ਮੈਮ ਵੀਨਾ ਗੋਇਲ ਸਾਡੇ ਨਾਲ ਨੇ ਜਿਨ੍ਹਾਂ ਨੂੰ 26-27 ਸਾਲ ਦਾ ਐਕਸਪੀਰੀਅੰਸ ਹੈ, ਇੱਕ ਹਫ਼ਤੇ ਦੇ ਵਿੱਚ ਵੀ GT ਕਲੀਅਰ ਕਰਾ ਦਿੰਦੇ ਨੇ ਵਿਦਿਆਰਥੀਆਂ ਦੀ। ਸੋ ਬਹੁਤ ਇੰਪੋਰਟੈਂਟ ਸ਼ੋਅ, A to Z ਇਨਫੋਰਮੇਸ਼ਨ ਇਹਨਾਂ ਦੋਨੇ ਤਿੰਨੇ ਟੋਪਿਕਸ ਦੇ ਉੱਤੇ ਸਾਡੇ ਨਾਲ ਸਾਂਝੀ ਕਰਨਗੇ। ਵੀਨਾ ਗੋਇਲ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਔਰ ਮੈਂ ਚਾਹੂੰਗਾ ਕਿ ਇਹ ਤਿੰਨੇ ਸਵਾਲ ਨੇ ਜਿਹੜੇ, ਇਹਨਾਂ ਨੂੰ A to Z ਤੁਸੀਂ ਐਕਸਪਲੇਨ ਕਰੋ। ਕੋਈ ਵੀ ਸਟੂਡੈਂਟ ਜਿਹੜਾ ਅਪਲਾਈ ਕਰਨਾ ਚਾਹੁੰਦਾ, ਜ਼ਿਆਦਾਤਰ ਜਿਹੜੀ ਹੁਣ ਮੈਂ ਗੱਲਾਂ ਦੱਸ ਰਹੀ ਹਾਂ ਉਹਨਾਂ ਦੇ ਉੱਪਰ ਧਿਆਨ ਰੱਖਣ, ਕਿਉਂਕਿ ਅਕਸਰ ਹਰ ਵੀਡੀਓ 'ਚ ਆਪਾਂ ਇਹ ਸਾਰਾ ਕੁਝ ਦੱਸ ਹੀ ਰਹੇ ਹਾਂ, ਬਟ ਫਿਰ ਆਪਾਂ ਰਿਪੀਟ ਕਰ ਦਿੰਦੇ ਹਾਂ ਜਿਹੜੇ ਨਵੇਂ ਬੰਦੇ ਆ। ਜ਼ਿਆਦਾਤਰ ਯੂਨੀਵਰਸਿਟੀਆਂ ਤੁਹਾਡੇ ਜਿਹੜੇ ਮੇਨ ਫੋਰ ਸਬਜੈਕਟਸ ICSE CBSE ਦਾ ਬੱਚਾ ਪੜਿਆ ਹੋਏ, ਮੇਨ ਫੋਰ ਸਬਜੈਕਟਸ 65% ਮਿਨੀਮਮ ਹੋਣੇ ਚਾਹੀਦੇ ਆ, ਠੀਕ ਹੈ। 65% ਚਾਰ ਸਬਜੈਕਟ 'ਚ ਓਵਰਆਲ, ਅਤੇ ਜਿਹੜਾ ਈਚ ਵਿੱਚ ਕਿਸੇ 'ਚ 60 ਹੋ ਗਏ, ਕਿਸੇ 'ਚ ਚਲੋ 58 ਹੋ ਗਏ, ਡਜ਼ਨਟ ਮੈਟਰ, ਕਿਸੇ 'ਚ 70 ਹੋ ਗਏ, ਅਤੇ ਉਹ ਐਗਰੀਗੇਟ ਆ ਕੇ ਤੁਹਾਡਾ 65% ਬਣ ਜਾਏ। ਆਇਲਸ 6 ਬੈਂਡ ਈਚ ਹੋਏ, ਔਰ ਜੇ 6.5 ਹੈ ਤਾਂ ਬਹੁਤ ਅੱਛਾ ਪ੍ਰੋਫਾਈਲ ਕਾਊਂਟ ਹੋਏਗਾ। ਪਰਸੈਂਟੇਜ ਤੁਹਾਡੀ ਅੱਛੀ ਹੋਏ, 65 ਜਿਹੜਾ ਮਿਨੀਮਮ ਦੱਸਿਆ, 70-75% ਹੋਏ, ਔਰ ਜੇ ਆਇਲਸ ਅੱਛੀ ਹੋਏ, ਤੁਹਾਡੇ ਇਨਕਮ ਦੇ ਡਾਕੂਮੈਂਟਸ ਅੱਛੇ ਹੋਣ, ITR ਅੱਛੀ ਹੋਏ, 12 ਲੱਖ ਤੋਂ ਉੱਪਰ ITR ਮੰਗ ਰਹੇ ਆ ਪੇਰੈਂਟਸ ਦੀ। ਹੋਰ ਅਗਰ ਇੱਕ ਦਾਦਾ ਦਾਦੀ ਨਾਨਾ ਨਾਨੀ ਕਿਸੇ ਇੱਕ ਦੀ ITR ਹੋਰ ਬੱਚਾ ਐਡ ਕਰ ਲਏ 4-5 ਲੱਖ ਦੀ, ਅਤੇ ਉਹ 15-16-17 ਲੱਖ ਹੋ ਜਾਂਦੀ ਆ ਇਨਕਮ, ਉਹ ਇੱਕ ਅੱਛੀ ਇਨਕਮ ਕਾਊਂਟ ਹੋਏਗੀ। ਫੰਡਸ ਤੁਹਾਡੇ 3 ਮੰਥਸ ਓਲਡ ਹੋਣ, ਜਿਹੜੇ ਹੁਣ ਫੰਡਸ ਦਾ ਕਿੱਦਾਂ ਕੈਲਕੂਲੇਸ਼ਨ ਹੈ, 1 ਈਅਰ ਯੂਨੀਵਰਸਿਟੀ ਫੀਸ ਅਤੇ 24,500 ਲਿਵਿੰਗ ਐਕਸਪੈਂਸਿਸ, 2,000 ਤੁਹਾਡਾ ਏਅਰਫੇਅਰ, ਇਹ ਸਾਰਾ ਮਿਲਾ ਕੇ ਜਿਹੜਾ ਕੋਈ 30 ਲੈਕਸ ਦੇ ਨੀਅਰ ਅਬਾਊਟ ਆਉਂਦਾ। ਹੁਣ ਅਗਰ ਯੂਨੀਵਰਸਿਟੀ ਦੀ ਫੀਸ ਜ਼ਿਆਦਾ ਹੈ ਤਾਂ 35 ਲੈਕ ਆ ਜਾਏਗਾ, ਜੇ ਯੂਨੀਵਰਸਿਟੀ ਦੀ ਫੀਸ ਘੱਟ ਹੈ ਤਾਂ 28-30-32, ਡਿਪੈਂਡ ਕਰਦਾ ਕੈਲਕੂਲੇਸ਼ਨ ਦੇ ਉੱਪਰ ਉਸ ਦਿਨ ਆਸਟ੍ਰੇਲੀਅਨ ਡਾਲਰ ਦਾ ਕੀ ਰੇਟ ਹੈ ਔਰ ਜਿਹੜਾ ਫੀਸ ਕਿੰਨੀ ਹੈ, ਕਿਉਂਕਿ ਲਿਵਿੰਗ ਐਕਸਪੈਂਸਿਸ ਐਂਡ ਏਅਰਫੇਅਰ ਉਹ ਤੁਹਾਡਾ ਫਿਕਸ ਹੈ, $26,500 ਫਿਕਸ ਹੈ, ਮਲਟੀਪਲਾਈਡ ਬਾਈ ਉਸ ਦਿਨ ਆਸਟ੍ਰੇਲੀਅਨ ਡਾਲਰ ਦਾ ਕੀ ਰੇਟ ਹੈ, ਪਲੱਸ 1 ਈਅਰ ਦੀ ਫੀਸ ਕਿੰਨੀ ਹੈ ਉਹਨੂੰ ਐਡ ਕਰਨਾ। ਇਹ ਤੁਹਾਡਾ ਜਿਹੜੇ ਅਸੀਂ ਫੰਡਸ ਦੇਖਦੇ ਹਾਂ ਜਿਹੜਾ GT ਦਾ ਰੋਲਾ ਪੈਂਦਾ। ਹੁਣ ਉਹਦੇ ਵਿੱਚ ਜਦ ਤੁਹਾਡਾ ਜੋ ਪ੍ਰੋਫਾਈਲ ਠੀਕ ਹੈ, ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੈ, ਫਿਰ ਤੁਹਾਡੀ ਐਡਮਿਸ਼ਨ 'ਚ ਕੋਈ ਪ੍ਰੋਬਲਮ ਨਹੀਂ, GT 'ਚ ਪ੍ਰੋਬਲਮ ਨਹੀਂ, ਔਰ ਵੀਜ਼ਾ ਚਾਂਸਿਸ ਵੀ ਬਹੁਤ ਜ਼ਿਆਦਾ। ਜੇ ਆਪਣੇ ਡਾਕੂਮੈਂਟਸ 'ਚ ਪ੍ਰੋਬਲਮ ਹੋਏਗੀ ਫਿਰ ਵੀਜ਼ਾ ਦਾ ਜ਼ਿਆਦਾ ਰੋਲਾ ਹੁੰਦਾ, ਬਾਕੀ ਅੰਬੈਸੀਆਂ ਦਾ ਵੀ ਇਹ ਕਿਸੇ ਟਾਈਮ ਵੀਜ਼ਾ ਜ਼ਿਆਦਾ ਦੇ ਰਹੀ, ਕਿਸੇ ਟਾਈਮ ਘੱਟ ਦੇ ਰਹੀ ਹਾਂ। ਹੁਣ ਮੈਂ ਗੱਲ ਕਰੂੰਗੀ ਉਹ ਬੱਚਿਆਂ ਦੀ ਜਿਨ੍ਹਾਂ ਦੇ 60% ਹੈ, ਮੈਂ 65 ਦਾ ਦੱਸਿਆ, ਹੁਣ ਜਿਹੜੇ ਬੱਚਿਆਂ ਦੇ 60% ਹੈ, ਨੋਨ ਮੈਡੀਕਲ ਦਾ ਸਟੂਡੈਂਟ ਹੈ, ਬਟ ਆਇਲ 6.5 ਬੈਂਡ ਹੈ, ਉਹਨਾਂ ਦਾ ਅਸੀਂ 1 ਵੀਕ ਦੇ ਅੰਦਰ GT ਗਰੰਟਿਡ ਕਰਾ ਕੇ ਦੇ ਰਹੇ ਹਾਂ। ਉਹਨਾਂ ਦਾ ਜਿਹੜਾ ਕੋਰਸ ਹੋਏਗਾ, ਸਾਈਬਰ ਸਿਕਿਉਰਿਟੀ ਕੋਰਸ ਹੋਏਗਾ ਜਾਂ IT ਤੋਂ ਰਿਲੇਟਡ ਕੋਈ ਵੀ ਕੋਰਸ ਹੋਏਗਾ, ਕਿਉਂਕਿ ਤੁਸੀਂ ਇਹ ਦੇਖੋ ਟ੍ਰੈਂਡ ਜਿਹੜਾ ਵੀਜ਼ਾ ਦਾ ਉਹ ਬਿਜ਼ਨਸ ਪ੍ਰੋਗਰਾਮ 'ਚ ਵੀਜ਼ਾ ਘੱਟ ਆ ਰਿਹਾ, IT ਇੰਜੀਨੀਅਰਿੰਗ ਜਾਂ ਜਿਹੜੇ ਸ਼ੋਰਟ ਸਕਿੱਲ ਸ਼ੋਰਟੇਜ ਦੇ ਵਿੱਚ ਹੈ ਉਹਨਾਂ ਦਾ ਵੀਜ਼ਾ ਜ਼ਿਆਦਾ ਆ ਰਿਹਾ।
ਅਤੇ ਉਹ ਬੱਚੇ ਜਿਹਨਾਂ ਦੇ 60-65-70% ICSE CBSE ਦੇ ਹੈ, ਆਇਲਟਸ ਸਾਡੇ 6 ਬੈਂਡ ਹੈ, 6 ਤੋਂ ਘੱਟ ਨਹੀਂ ਹੈ, ਜਿਨ੍ਹਾਂ ਦੀ 1 ਈਅਰ ਦੀ ਫੀਸ ਚਾਹੇ ਉਹ ਬੱਚਾ ਫਰੈਸ਼ 'ਚੋਂ ਪੇ ਕਰਦੇ, ਬਟ ਲਿਵਿੰਗ ਐਕਸਪੈਂਸਿਸ 26,500 ਪਲੱਸ ਏਅਰ ਫੇਅਰ ਜਿਹੜਾ ਹੈ ਉਹਦਾ 3 ਮੰਥਸ ਓਲਡ ਹੋਏ, ਉਹਨਾਂ ਦੀ ਅਸੀਂ 1 ਵੀਕ ਦੇ ਅੰਦਰ GT ਕਲੀਅਰ ਕਰਾ ਦਿੰਦੇ ਹਾਂ। ਬਾਕੀ ਪ੍ਰੋਬਲਮ ਕੀ ਹੁੰਦੀ ਹੈ GT ਦੇ ਡਾਕੂਮੈਂਟਸ ਦੇ ਵਿੱਚ, ਕਿ ਉਹਨਾਂ ਦੇ ਬਿਜ਼ਨਸ ਪਰੂਫ ਹੋਣੇ ਚਾਹੀਦੇ ਆ, ਜਿਹੜਾ ਕਿ ਇਹ ਯੂਨੀਵਰਸਿਟੀ 'ਚ ਇੰਨਾ ਜ਼ਿਆਦਾ ਨਹੀਂ, ਇਹ ਵੀ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਕਿ ਉਹ ਕਿੰਨਾ ਤੰਗ ਕਰ ਰਹੇ ਆ GT ਦੇ ਡਾਕੂਮੈਂਟਸ ਦੇ ਵਿੱਚ। ਮੇਰੇ ਖਿਆਲ ਮੈਂ ਕਾਫੀ ਇਨਫੋਰਮੇਸ਼ਨ ਤੁਹਾਨੂੰ ਆਸਟ੍ਰੇਲੀਆ ਦੇ ਇਹ ਰਿਕੁਆਇਰਮੈਂਟਸ ਦੇ ਦਿੱਤੀ ਆ, ਐਂਡ ਜੇ ਆਪਣੇ ਕੋਲ ਟਾਈਮ ਹੈ ਤਾਂ ਆਪਾਂ ਮਾਸਟਰਸ ਦੀ ਗੱਲ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਮੈਮ ਵੀਨਾ ਗੋਇਲ, ਨੈਵੀਗੇਟਰਸ ਓਵਰਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪ੍ਰੈਜੈਂਟ ਕਰਦੇ ਨੇ, ਚੰਡੀਗੜ੍ਹ ਦੇ ਸੈਕਟਰ 35C ਦੇ ਵਿੱਚ ਦਫ਼ਤਰ ਹੈ, ਔਰ 26-27 ਸਾਲ ਦਾ ਮੈਮ ਵੀਨਾ ਗੋਇਲ ਨੂੰ ਐਕਸਪੀਰੀਅੰਸ ਹੈ। ਸੋ ਤੁਸੀਂ ਆਸਟ੍ਰੇਲੀਆ ਦੇ ਲਈ ਆਪਣੀ ਪ੍ਰੋਫਾਈਲ ਡਿਸਕਸ ਕਰੋ, ਇੰਡੀਆ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ।